ਨਿਊਜ਼ ਆ ਉਹ ਇਹ ਆ ਕਿ ਆਪਣਾ ਜਿਹੜਾ ਅਕਾਊਂਟ ਉਹ ਹੋ ਚੁੱਕਿਆ ਬੈਨ, ਉਹ ਹੋ ਚੁੱਕਿਆ ਬੈਨ ਉਸ ਅਕਾਊਂਟ ਦੇ ਉੱਤੇ ਆਪਣੇ ਤਕਰੀਬਨ 60,000 ਫੋਲੋਅਰ ਸੀਗੇ। ਉਹ ਸਾਹਮਣੇ ਜੀ ਟਰੈਕਟਰ ਆਪਣਾ, ਥੋੜ੍ਹੇ ਆਪਾਂ ਪੱਠੇ ਵੱਢ ਕੇ ਲਿਆਉਣੇ ਆ ਅਤੇ ਨਾਲੇ ਉਹ ਥੋੜ੍ਹਾ ਕੁ ਪਾਉਣਾ ਵਾ। ਬਾਕੀ ਕਣਕਾਂ ਦੇਖੋ ਜੀ ਆਪਣੀਆਂ ਬਿਲਕੁਲ ਰੈਡੀ ਇਸ ਟਾਈਮ ਵੱਢਣ ਲਈ, ਫੁੱਲ ਨਿਸਰੀ ਪਈ ਆ ਕਣਕ। ਆਖੇ ਜੀ ਬੱਦਲ ਬਹੁਤ ਜ਼ਿਆਦਾ ਹੋਇਆ ਵਾ ਇੱਧਰ, ਹਵਾ ਵੀ ਕਾਫੀ ਤੇਜ਼ ਚੱਲ ਰਹੀ ਆ, ਬਾਰਿਸ਼ ਵਾਲਾ ਮੌਸਮ ਹੋਇਆ। ਲਓ ਜੀ ਵੱਡਾ ਪੱਠੇ ਦੇਖਿਆ, ਬੰਦਾ ਆ ਗਿਆ ਆਪਣੀ ਡਿਊਟੀ 'ਤੇ ਆ ਕੇ ਆਪ ਹੀ ਬਹਿ ਗਿਆ। ਇਹਨੂੰ ਪਤਾ ਰੋਜ਼ ਮੈਂ ਵੱਢਣੇ ਹੁੰਦੇ ਆ, ਚੱਲ ਚੱਲ ਵੱਢ ਟਾਈਮ ਨਾਲ ਵੱਢ। ਜੀ ਸਾਰਾ ਵਾਹ ਹੋ ਗਿਆ ਵਾ, ਹੁਣ ਚੱਲੇ ਹਾਂ ਘਰ ਨੂੰ। ਟਰੈਕਟਰ ਦੀਆਂ ਹੱਲਾਂ ਦੇ ਉੱਤੇ ਰੱਖ ਕੇ ਜਿਹੜੇ ਪੱਠੇ ਵੱਢ ਹੋਏ ਆ ਉਹ ਉੱਤੇ ਰੱਖ ਕੇ ਲੈ ਜਾਣੇ ਆ। ਉਹ ਉੱਧਰ ਸ਼ਾਇਦ ਇੱਕ ਬੰਦੇ ਦੀ ਪੰਨ ਰੱਖ ਕੇ ਜਾਣੀ, ਉਹ ਵੀ ਲੈ ਜਾਂਦੇ ਆ। ਇੱਥੇ ਜੀ ਲਸਣ ਲਿਆਉਂਦਾ ਪੁੱਟ ਕੇ, ਇੰਨਾ ਕੁ ਜਿਹੜਾ ਬਚ ਗਿਆ ਸੀ ਅਤੇ ਲਸਣ ਲਿਆਉਂਦਾ ਉੱਧਰੋਂ ਪੱਠੇ ਦੀਆਂ ਪੰਡਾਂ ਰੱਖਦੇ ਆ ਦੋ, ਫਿਰ ਚੱਲਦੇ ਹਾਂ। ਉੱਤਰ ਜਾ ਸਟੇਰਿੰਗ ਤੇਰੇ ਤੋਂ ਵੱਡਾ ਉੱਤਰ ਜਾ। ਆਇਆ ਲਾ ਯੋਰ ਲਾ ਯੋਰ ਉਹ ਤੱਕ ਨਹੀਂ ਜਾਣਾ ਜੂਣਾ, ਨਹੀਂ ਉਹ ਮੋੜ ਲਾ ਸਿੱਧਾ ਕਰ ਚੱਲ। ਖਲਾਰਨਾ ਵਾ
ਰਾਤੀ ਜੀ ਸੁਬਹਾ ਦਾ ਟਾਈਮ ਆ ਅਤੇ ਹਲਕੀ ਹਲਕੀ ਬਾਰਿਸ਼ ਹੋ ਰਹੀ ਆ ਅਤੇ ਰਾਤੀ ਵੀ ਬਾਰਿਸ਼ ਹੋ ਕੇ ਹਟੀ ਕਾਫੀ ਜ਼ਿਆਦਾ ਹੁਣ ਵੀ ਹੋਣ ਰਹੀ ਆ। ਟਰੈਕਟਰ ਆਪਣਾ ਬਿਲਕੁਲ ਭਿੱਜਿਆ ਵਾ, ਦੇਖੋ ਤੂੰ ਅਤੇ ਬਾਕੀ ਤੁਹਾਨੂੰ ਥੋੜ੍ਹਾ ਕੁ ਬਾਹਰ ਨਿਕਲ ਕੇ ਦਿਖਾਉਂਦੇ ਹਾਂ। ਅੱਜ ਆਪਾਂ ਨਾ ਇੱਕ ਬੱਕਰੀ ਆਪਣੀ ਉਹ ਜ਼ਿਬਾ ਕਰਨੀ ਆ। ਚਲੋ ਬਾਹਰ ਨਿਕਲਦੇ, ਬਾਹਰ ਨਿਕਲ ਕੇ ਤੁਹਾਨੂੰ ਦਿਖਾਉਂਦੇ ਹਾਂ। ਹਾਂ ਦੇਖੋ ਜੀ ਇੱਧਰੋਂ ਕਿੰਨਾ ਬੱਦਲ ਆਇਆ ਵਾ ਅਤੇ ਸੁਬਹਾ ਦਾ ਟਾਈਮ ਆ ਅਤੇ ਉਹਦੇ ਲੈਣ ਜਾਣੇ ਆ, ਡੋਲ ਫੜਿਆ ਵਾ ਹੱਥ 'ਚ ਅਤੇ ਕਾਫੀ ਜ਼ਿਆਦਾ ਨਾ ਕਿਨਮਿਣੇ ਵੀ ਮੂੰਹ 'ਤੇ ਡਿੱਗਣ ਡਈ ਹੈ। ਆਓ ਦੇਖੋ ਸਾਹਮਣੇ ਕਣਕਾਂ ਦਾ ਹਾਲ। ਬਾਕੀ ਜੀ ਅੱਜ ਕਰਨੀ ਸੀਗੀ ਇੱਥੇ ਇੱਥੇ ਬਾਰਿਸ਼ ਹੋਣ ਡਈ ਵਾ ਵਾ ਤੇਜ਼, ਹੁਣ ਤਾਂ ਮੱਠੀ ਮੱਠੀ ਆ ਖੈਰ, ਲੇਕਿਨ ਅੱਗੇ ਵਾ ਵਾ ਤੇਜ਼ ਹੋਣ ਡਈ ਸੀਗੀ, ਹੁਣ ਥੋੜ੍ਹੀ ਮੱਠੀ ਹੋ ਗਈ ਆ। ਕਰਤੀਆਂ ਅੰਦਰ ਮੁਰੱਬੇ ਜਾਣਾ ਸੀਗਾ ਜੀ ਅੱਜ, ਲੇਕਿਨ ਹੁਣ ਬਾਰਿਸ਼ ਹੀ ਹੋਣ ਡਈ ਆ ਜਿਹਦੀ ਵਜ੍ਹਾ ਤੋਂ ਨਹੀਂ ਜਾ ਹੋਇਆ। ਸਵੇਰੇ ਸਵੇਰੇ ਆਪਾਂ ਟਰੈਕਟਰ ਲੈ ਕੇ ਜਾਣਾ ਸੀ, ਕੁਛ ਕੰਮ ਸੀ ਉੱਥੇ। ਮੈਂ ਤਾਲਾ ਘੁੱਟਣਾ ਕਿ ਨਹੀਂ, ਟਰੈਕਟਰ ਲੈ ਕੇ ਜਾਣਾ ਸੀਗਾ ਬੇਸਿਕਲੀ, ਲੇਕਿਨ ਹੁਣ ਨਹੀਂ ਜਾ ਹੋਣਾ, ਜਦੋਂ ਬਾਰਿਸ਼ ਹਟੂਗੀ ਫਿਰ ਜਾਵਾਂਗੇ ਦੁਬਾਰਾ। ਇੱਥੇ ਜੀ ਹੁਣ ਕਰਨ ਲੱਗੇ ਬੱਕਰੀ, ਉਹ ਜਿਹੜੀ ਨਿੱਕੀ ਕਰਨੀ ਆ ਹੈਗੀ 2 ਸਾਲਾਂ ਦੀ। ਜਾ ਆਪਣੇ ਵਾਲੀ ਵੀ ਲਿਆ ਸੈਮ, ਆਪਣੇ ਵਾਲੀ ਦੇ ਗਿਆ ਇੱਧਰ ਜੇ ਸੁਣਦੀ ਨੀ, ਕਹਿੰਦਾ ਇੰਨੇ 2 ਸਾਲ ਹੋ ਚੱਲੇ। ਹੁਣ ਚੱਲੇ ਆਪਾਂ ਥੋੜ੍ਹਾ ਕੁ ਨਾ ਆਟਾ ਲੈ ਕੇ ਚੱਲੇ ਚੋਣਾਂ 'ਚ, ਚਾਲ ਪਿਆ ਕੇ ਲਿਆਉਣਾ ਵਾ ਇੱਥੇ ਆ ਜੀ ਚੱਲੇ। ਉਹ ਯਾਰ ਪਿਆ ਕੇ ਨਹੀਂ ਲਿਆਉਣਾ, ਇਹਦਾ ਨਾ ਤੁਸੀਂ ਰੋਟੀਆਂ ਲਗਾਉਣੀਆਂ, ਰੋਟੀ ਲਵਾ ਕੇ ਤੇ ਲਿਆਉਣੀਆਂ ਅਤੇ ਆਹ ਆਪਣਾ ਪੀ ਖਿਲਾ ਰਿਹਾ ਵਾ, ਕੱਲ੍ਹ ਇੱਥੋਂ ਵੱਢ ਕੇ ਲਗੇ ਸੀਗੇ ਕਮਾ ਲਓ ਵਾਪਸੀ ਕਹਿੰਦਾ ਲੈ ਕੇ ਜਾਂਦੇ ਇੱਥੇ ਆਏ ਹਾਂ ਜੀ ਆਪਣੇ ਕਜ਼ਨ ਦੇ ਕੋਲ ਮੁਨੱਵਰ ਕੋਲ, SEO ਕਰਨ ਡਿਆ, ਆਪਣੀ ਵੈਬਸਾਈਟ ਖੋਲ੍ਹ ਕੇ ਦੇਖ ਰਿਹਾ ਵਾ, ਜੋ ਕਿ ਆਪਾਂ 2 ਮਹੀਨਿਆਂ ਬਾਅਦ ਕੱਢ ਕੇ ਦੇਖੀ, ਉਹ ਸਾਹਮਣੇ ਆਪਣੀ ਵੈਬਸਾਈਟ ਆ ਅਤੇ ਆਹ ਬੰਦੇ ਨੂੰ ਕੁਛ ਸਮਝ ਨਹੀਂ ਆ ਰਹੀ, ਆਰਾਮ ਨਾਲ ਟਿਕਟੋਕ ਚਲਾ ਰਿਹਾ। ਕੱਢੀ ਯਾਰ ਮੈਂ ਬੰਦਿਆਂ ਨੂੰ ਆਪਣੀ ਨਾ ਮਾੜੀ ਸਾਈਡ ਦਿਖਾਈਏ। ਆਹ ਦੇਖੋ ਜੀ ਆਹ ਆਪਣੀ ਸਾਈਡ ਆ, ਜੇ ਕੋਈ ਬੰਦਾ ਮੈਨੂੰ ਮੇਲ ਕਰਨਾ ਚਾਹੁੰਦਾ ਹੈ ਤਾਂ ਕੋਂਟੈਕਟ ਵਾਸਤੇ ਜਾ ਕੇ ਤਾਂ ਇੱਥੇ ਮੈਨੂੰ ਮੇਲ ਕਰ ਸਕਦਾ ਵਾ, ਅਤੇ ਫਿਰ ਉਹਦਾ ਬੰਦਾ ਆਪਾਂ ਰਿਪਲਾਈ ਵਗੈਰਾ ਵੀ ਕਰਾਂਗੇ। ਇੱਧਰ ਆਪਣਾ ਸਾਰਾ ਰੌਲਾ ਰੁਲਾ ਲਿਖਣਾ ਵਾ, ਉੱਥੇ ਜਿਹੜਾ ਵੀ ਤੁਹਾਡਾ ਰੌਲਾ ਜਾਂ ਪੰਗਾ ਇੱਥੇ ਲਿਖ ਦੇਣਾ ਵਾ ਅਤੇ ਮੇਰੇ ਤੱਕ ਉਹ ਰੌਲਾ ਪੰਗਾ ਪਹੁੰਚ ਜਾਏਗਾ। ਫਿਰ ਵੈਬਸਾਈਟ ਬਣਾਈ ਸੀਗੀ ਮੈਂ ਕਾਫੀ ਦੇਰ ਦੀ ਬਣਾਈ ਆ, ਅਤੇ ਜੋ ਵਿੱਚ ਆ ਗਈਆਂ ਸੀ ਸਰਦੀਆਂ ਟਰਾਲੇ ਦਾ ਸੀਜ਼ਨ ਆ ਗਿਆ ਸੀ, ਉਦੋਂ ਨਾ ਇਹ ਆਰਟੀਕਲ ਲਿਖਣੇ ਛੱਡਿਆ, ਲੇਕਿਨ ਆਪਣੀ ਵੈਬਸਾਈਟ ਰੈਂਕਿੰਗ ਸਹੀ ਕਰਨ ਲਈ ਆ ਗੂਗਲ ਸਰਚ ਕੰਸੋਲ ਦੇ ਮੁਤਾਬਕ ਨਾ, ਮਤਲਬ ਉਹਦੀ ਕਲਿੱਕ ਵਗੈਰਾ ਇੰਪ੍ਰੈਸ਼ਨ ਵਗੈਰਾ ਠੀਕ ਆ ਰਹੇ ਆ। ਬਾਕੀ ਕਗਨ ਭਾਏ ਸੀਗੇ ਜਿਹੜਾ ਅੱਜ ਤੁਹਾਨੂੰ ਪਿਛਲੇ ਕਿਲੇ 'ਤੇ ਦੱਸਿਆ ਵਾ, ਆਟਾ ਦੇਣ ਆਏ ਸੀਗੇ ਰੋਟੀਆਂ ਲਵਾਉਣ ਲਈ।
ਅਲੱਗ ਬੰਦਾ ਪਹਿਲੇ ਦੱਸ ਦੇਵੇ ਇੰਨੇ ਤਰੀਕ ਨੂੰ ਖਤਮ ਆ ਪਹੁੰਚੋ ਯਾਰ ਮੈਂ ਬਲੌਗ ਤੁਸੀਂ ਟਿਕਟੋਕ ਤੇ ਫੋਲੋ ਕਰ ਲਓ ਟਾਈਮ ਨਾਲ ਤੁਹਾਨੂੰ ਅਪਡੇਟ ਮਿਲ ਜੂਗੀ ਟਿਕਟੋਕ ਬਈ ਆ ਬੰਪਰ ਬੁੰਪਰ ਲਾ ਦਿੱਤਾ ਵਾ 60 ਦਾ ਇੱਥੇ ਲੱਗਣ ਲੱਗਾ ਰੈਪਰ ਰੈਪਰ ਲਾਉਣਾ ਵਾ ਭਾਈ ਹਾਂਜੀ ਬਾਬਾ ਜੀ ਰੈਪਰ ਲਾਉਣਾ ਰੈਪਰ ਚ ਲਾਉਣਾ ਵਾ ਨਾਲੇ ਇਸ ਬੰਦੇ ਨੇ ਬਣਾਉਣਾ 60 ਦੇ ਉੱਤੇ ਕੈਬਨ ਏਸੀ ਬੰਦ ਤੇ ਕਮੈਂਟ ਦੇ ਵਿੱਚ ਸਲਾਹ ਦੇਵੋ ਕਿਹੜਾ ਸਹੀ ਰਹੂਗਾ ਤੇ ਕਿੰਨੇ ਕਦਾ ਬਣੂਗਾ ਆਹ ਬੰਪਰ ਲਾ ਕੇ ਰੱਖਿਆ ਵਾ ਇਹਨੂੰ ਧਵਾਉਣਾ ਵੀ ਆ ਕਿ ਇੱਦਾਂ ਹੀ ਪਾ ਦੇਣਾ ਵੈਪਰ ਅੱਛਾ ਫੇਰ ਠੀਕ ਆ ਇਹਨੂੰ ਵੀ ਧਵਾਉਣਾ ਅਸੀਂ ਅਟਰੈਕਟਰ ਦੀ ਗੱਲ ਕਰ ਰਹੇ ਹਾਂ ਲੋ ਜੀ ਇੱਥੇ ਆਏ ਹਾਂ ਆਪਣੇ ਕਜ਼ਨ ਕੋਲ ਅਤੇ ਅੱਜ ਇਹਨੂੰ ਵੀ ਦੇਖ ਲਓ ਕੰਮ ਕਰਦੇ ਹਾਂ ਬੰਦੇ ਕਮੈਂਟ 'ਚ ਕਹਿੰਦੇ ਸੀ ਇਹ ਕੰਮ ਕੁੰਮ ਨਹੀਂ ਕਰਦਾ ਹੈਗਾ ਆਹ ਵੇਖੋ ਜੀ ਕਿੱਡੀ ਪਾਣੀ ਚੁੱਕੀ ਆ ਸਿਹਤ ਵੇਖੋ ਤੇ ਪਾਣੀ ਜਾਂਦਾ ਤੇ ਕੰਮੇ ਕੋਈ ਨਹੀਂ ਬਣ ਪੱਠੇ ਪੁੱਠੇ ਕੋਈ ਨਹੀਂ ਬਣਦਾ ਤੂੰ ਤੂੰ ਪਾ ਲਿਆ ਕਰ ਯਾਰ ਐਡੀ ਕਾਹਦੀ ਟੈਨਸ਼ਨ ਅੱਗੇ ਮੈਂ ਹੀ ਬਣਨਾ ਪੱਠੇ ਅੱਛਾ ਫਿਰ ਠੀਕ ਆ ਯਾਰ ਜੇ ਯਾਰ ਆਪਣਾ ਨਾਮ ਤੈਨੂੰ ਨਾਮ ਨੂਮ ਦੱਸ ਕੀ ਨਾਮ ਆ ਅੱਛਾ ਡਬਲ ਸਟੋਰੀ ਨਾਮ ਹੈਗਾ ਇਹ ਬਾਕੀ ਜੀ ਜੇ ਅੱਜ ਵੀ ਧੁੱਪ ਲੱਗ ਜਾਂਦੀ ਕਣਕਾਂ ਖੜਕ ਜਾਣੀਆਂ ਸੀਗੀਆਂ 13-14 ਤਰੀਕ ਤੱਕ ਆਪਣੇ ਨਾਲ ਵਾਢੀ ਪੈ ਜਾਂਦੀ ਆ 14-15 ਅਪ੍ਰੈਲ ਤੱਕ ਲੇਕਿਨ ਹੁਣ 1-2 ਦਿਨ ਹੋਰ ਮਜ਼ੀਦ ਲੇਟ ਹੋ ਜਾਣੇ ਆ ਬਾਕੀ ਉਹ ਸਾਹਮਣੇ ਬਾਬੇ ਜਵਾਹਰ ਹੁਣੀ ਕਮਾਦ ਵੱਢਣ ਡੇ ਉਹਨਾਂ ਨੇ ਕਮਾਦ ਬੀਜਣ ਡੇ ਆ ਜਿਹੜਾ ਆਪਾਂ ਬੀਜ ਖਿਲਾ ਰਿਹਾ ਵਾਹਵਾ ਬੰਦੇ ਯਾਰ ਪੁੱਛਦੇ ਸੀਗੇ ਕਿ ਯਾਰ ਤੁਸੀਂ ਇੰਨਾ ਬੀਜ ਕਿਉਂ ਖਿਲਾ ਰਿਹਾ ਵਾ ਇਹ ਜੀ ਕਮਾਦ ਐਤਕੀ ਆਪਣਾ ਘੱਟ ਆ ਅਤੇ ਜਿੰਨਾ ਵੀ ਆ ਨਾ ਸਾਰਾ ਬੀਜਣਾ ਵਾ ਜਿੰਨੀ ਜਗ੍ਹਾ 'ਤੇ ਵੀ ਕਣਕ ਲਾਈ ਆ ਅਤੇ ਸਾਰਾ ਤਕਰੀਬਨ 10 ਕਿੱਲੇ ਕਮਾਦ ਦੇ ਐਤਕੀ ਲਾਉਣੇ ਉਹ ਵੀ ਗਰਮੀਆਂ 'ਚ ਕਾਫੀ ਜ਼ਿਆਦਾ ਮਤਲਬ ਮੁਸ਼ਕਿਲ ਕੰਮ ਇੱਦਾਂ ਹੀ ਆ ਨਾ ਇੱਦਾਂ ਹੀ ਆ ਜੀ ਲਾਉਣਾ ਹੁਣ ਮੈਂ ਹੀ ਲਾਉਣਾ ਸਾਰਾ ਕਮਾਦ ਬਸ ਠੀਕ ਆ ਲਓ ਜੀ ਇੱਧਰ ਬੰਦੇ ਨੇ ਬਣਾ ਛੱਡਿਆ ਇਹ ਗੋਸ਼ਤ ਗੋਸ਼ਤ ਬਣਿਆ ਨਜ਼ਰ 'ਤੇ ਹੁੰਦਾ ਨਹੀਂ ਅੱਛਾ ਆਹ ਗੋਸ਼ਤ ਆ ਬਣਾਇਆ ਹੈ ਸਹੀ ਆਹ ਦੇਖੋ ਜੀ ਇਹ ਬੰਦਾ ਕੈਮਰੇ ਤੋਂ ਲੁੱਕਦਾ ਬਹੁਤ ਆ ਹਾਂਜੀ ਭਾਈ ਇਹਦੇ ਨੂੰ ਦੇਖੋ ਮਾੜਾ ਕੁ ਹੈਲੋ ਹੈਲੋ ਭਾਈ ਉਹ ਇੱਧਰ ਨੂੰ ਦੇਖ ਯਾਰ ਕਹਿੰਦਾ ਮੇਰੀ ਵੀਡੀਓ ਤੁਹਾਡੀ ਬਾਕੀ ਜੀ ਬਾਰਿਸ਼ ਫਿਰ ਸਟਾਰਟ ਹੋ ਗਈ ਆ ਕਾਫੀ ਤੇਜ਼ ਹੁਣ ਬਾਰਿਸ਼ ਹੋਣ ਡਈ ਆ ਦੁਕਾਨ 'ਤੇ ਗਏ ਸੀਗੇ ਮਾੜਾ ਕੁ ਹਾਂ ਜੀ ਫਰੂਕੇ ਆਜ਼ਮ ਕੀ ਹਾਲ ਆ ਬਾਰਿਸ਼ ਆ ਗਈ ਬਹੁਤ ਤੇਜ਼ ਆ ਗਈ ਦੇਖੋ ਜੀ ਆ ਦੇਖੋ ਜੀ ਪੱਠੇ ਪੁੱਠੇ ਲੈ ਕੇ ਆਏ ਆ ਬਾਰਿਸ਼ ਫੁੱਲ ਬਾਰਿਸ਼ ਦੇ ਵਿੱਚ ਮੇਰੀ ਵੀ ਬਣਾ ਦੇ ਓ ਯਾਰ ਇੱਕ ਮਿੰਟ ਸਾਈਡ ਤੇ ਹੋ ਚੱਲ ਫੁੱਲ ਭੇਜ ਕੇ ਆਏ ਆ
ਇਹਨਾਂ ਨੂੰ ਕਿਹਾ ਸੀ ਮੋਟਰਸਾਈਕਲ ਤੇ ਟਰੈਕਟਰ ਤੇ ਜਾਂਦੇ ਪੱਠੇ ਲੈਣ, ਬਾਰਿਸ਼ ਦਾ ਕੋਈ ਪਤਾ ਨਹੀਂ, ਕਹਿੰਦੇ ਅਸੀਂ ਮੋਟਰਸਾਈਕਲ ਤੇ ਹੀ ਲਿਆਉਣੇ, ਹੁਣ ਬਾਰਿਸ਼ ਉੱਤੋਂ ਆ ਗਈ ਵਾਹਵਾ ਤੇਜ਼ ਤੇ ਭਿੱਜ ਕੇ ਆਏ ਆ ਪੂਰਾ ਗਿੱਲੇ ਹੋ ਕੇ ਆਏ ਆ, ਬਾਰਿਸ਼ ਦੇ ਵਿੱਚ ਵਾਹਵਾ ਭਿੱਜ ਕੇ ਆਇਆ, ਉਦੋਂ ਕਿਹਾ ਸੀਗਾ ਟਰੈਕਟਰ ਤੇ ਲਿਆਉਣੇ ਆ ਉਹ ਜੀ, ਬਾਰਿਸ਼ ਪੈਣ ਡਈ, ਆਪਾਂ ਜਿਹੜਾ ਆਟਾ ਦੇ ਕੇ ਆਏ ਸੀਗੇ ਨਾ ਰੋਟੀਆਂ ਲਗਾਉਣ ਲਈ, ਉਹ ਲੈਣ ਚੱਲੇ ਆ, ਬਾਰਿਸ਼ ਹੋਈ ਜਾ ਰਹੀ ਆ ਤੇ ਖਤਮ ਦਾ ਟਾਈਮ ਹੋ ਗਿਆ ਵਾ, 2:30 ਦਾ ਟਾਈਮ ਆ ਤੇ ਮਤਲਬ ਕਿ ਕੰਮ ਲੇਟ ਹੋ ਜਾਣਾ ਵਾ, ਉਹਨੂੰ ਰੋਟੀਆਂ ਦਾ ਕਿਹਾ ਸੀ 2 ਦਾ ਤੇ ਟਾਈਮ ਆਪਣੇ ਤਕਰੀਬਨ ਆਲਮੋਸਟ ਪੂਰਾ ਹੋ ਹੀ ਗਿਆ ਵਾ ਤੇ ਹੁਣ ਬਾਰਿਸ਼ ਥੋੜ੍ਹੀ ਕੁ ਮੱਟੀ ਹੋਈ ਆ ਤੇ ਜਾ ਕੇ ਆਪਾਂ ਲਿਆਉਣੀ ਆ, ਠੰਡ ਇਹੀ ਹੋ ਗਈ ਆ, ਠੰਡ ਚੰਗੀ ਭਾਅ ਜੀ ਬਾਕੀ ਜੀ, ਆਪਾਂ ਹੁਣ ਰੋਟੀਆਂ ਲੈ ਆਏ ਆ, ਰੋਟੀਆਂ ਵੀ ਲਾ ਕੇ ਉਹਨੇ ਰੱਖੀ ਦੀਆਂ ਵਿੱਚ ਲਪੇਟ ਲਈਆਂ ਕੰਬਲ ਦੇ ਵਿੱਚ, ਅੱਛੇ ਤਰੀਕੇ ਨਾਲ ਕਿ ਨਿੱਘੀਆਂ ਰਹਿਣ ਤੇ ਹੁਣ ਚੱਲਦੇ ਅਸੀਂ ਤਾਂ ਘਰੋਂ ਖਤਮ ਹੋਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੁਰੱਬੇ ਮੁਰੱਬੇ ਆਵਾਂਗੇ, ਪੱਠੇ ਪੁੱਠੇ ਲੈ ਕੇ ਜਾਣੇ ਸੀ ਥੋੜੇ ਕੋਲ, ਲੈ ਗਏ ਬਣਾ ਕੇ ਨਹੀਂ ਪੱਠੇ ਤੇ ਲੈ ਗਏ ਸੀਗੇ, ਮੋਟਰਸਾਈਕਲ ਤੇ ਲੈ ਕੇ ਗਏ ਸੀ ਥੋੜੇ ਕੁ, ਟਰੈਕਟਰ ਲਿਆਉਣਾ ਸੀਗਾ ਲੇਕਿਨ ਮੋਟਰਸਾਈਕਲ ਲਿਆ ਕੇ ਥੋੜੇ ਕੁ ਲੈ ਗਏ ਸੀਗੇ ਤੇ ਬਾਰਿਸ਼ ਹੋ ਗਈ ਜਿਹਦੀ ਵਜ੍ਹਾ ਤੋਂ ਕੰਮ ਖਰਾਬ ਹੋ ਗਿਆ। ਆਇਓ ਜੀ ਸਾਰਾ ਕੁਛ ਡਾਨੇ ਮਾਨੇ, ਤੂੰ ਕੱਪੜੇ ਬਦਲ ਕੇ ਇੱਡੀ ਛੇਤੀ ਆ ਗਿਆ ਯਾਰ, ਉੱਧਰ ਖਤਮ ਹੋਣ ਡਿਆ ਸਾਰੇ ਹੀ ਵਾਮ, ਇੱਧਰ ਖਲੋਤੀ ਆ ਬੰਦਾ ਕਹਿਣ ਡਿਆ ਇੱਥੇ ਖਲੋਤੇ ਰਹਿੰਦੇ, ਇੱਥੇ ਦੁਆ ਦੂ ਮੰਗ ਲੈਂਦੇ ਜੀ, ਦੁਆ ਕਰੋ ਯਾਰ, ਦੁਆ ਕਰੋ ਚਲੋ ਆਜੋ 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 ਆਜੋ, ਖਤਮ ਸਟਾਰਟ ਹੋ ਗਿਆ ਯਾਰ ਆਜੋ, ਉਹ ਬੰਦਾ ਬਾਹਰ ਨੂੰ ਜਾਣ ਡਿਆ ਵਾ, ਚੈੱਕ ਕਰੋ ਜੀ ਬਹੁਤ ਸੋਹਣਾ ਮੌਸਮ ਹੋਇਆ, ਚੈੱਕ ਕਰੋ ਚੈੱਕ ਕਰੋ ਚੈੱਕ ਕਰ, ਕਿਹੜੇ ਵਲੌਗ 'ਚ, ਵਲੌਗ 'ਚ ਜਿਹੜਾ ਵਲੌਗ, ਕਿਹੜਾ ਵਲੌਗ 'ਚ, ਵਲੌਗ ਤੁਹਾਡਾ ਬਣ ਗਿਆ ਵਾ ਜੀ, ਬੰਦੇ ਟਿਕਟੋਕਾਂ ਬਣਾ ਰਹੇ ਆ, ਆਹ ਬੰਦੇ ਜਾ ਰਹੇ, ਕਿੱਥੇ ਜਾਣਾ ਤੁਸੀਂ, ਜਗ੍ਹਾ ਦਾ ਨਾਂ ਦੱਸੀ, ਕਿਹੜੀ ਜਗ੍ਹਾ ਤੇ ਜਾਣਾ ਤੂੰ, ਯਾਰ ਅਸੀਂ ਨਹੀਂ ਅਸੀਂ ਤੈਨੂੰ ਦੱਸਣਾ ਹੀ ਨਹੀਂ, ਚਲੋ ਤੂੰ ਨਹੀਂ, ਲੈਲਪੁਰ ਗਲੇਰੀਆ ਜਾਣਾ ਤੇ ਕਹਿਣ ਡਿਆ ਲੈਲਪੁਰ ਗੈਲਰੀਆ ਜਾਣਾ ਵਾ, ਅਸਾਂ ਕਹਿ ਸਕਦਾ ਇਹਨੇ ਨਹੀਂ ਜਾਣਾ ਸਾਡੀ ਲੈਲਪੁਰ ਗਲੈਰੀ ਜਾਣਾ, ਕਿੰਤਾ ਸੋਚਦਾ ਨਾਂ ਲੈਣ ਨੂੰ, ਤੂੰ ਨਹੀਂ ਜਾਣਾ, ਕੋਈ ਨੀ ਕੋਈ ਨੀ, ਝੂਠ ਬੋਲਦਾ ਇਹ ਬੰਦਾ, ਝੂਠ ਨਹੀਂ ਬੋਲਦਾ ਸੱਚ ਬੋਲਦਾ ਇਹ ਬੰਦਾ, ਝੂਠ ਬੋਲਦਾ ਇਹਦੀ ਗੱਲ ਤੇ ਕਰਨਾ, ਰੋਟੀ ਰੋਟੀ ਖਾ ਕੇ ਸਾਰੇ ਮੱਛਰੇ ਦੇ ਰਹੇ ਮੌਸਮ ਮੌਸਮ ਉੱਥੇ ਜਾ ਕੇ ਵੀ ਕੀ ਲੈਣਾ ਭਾਈ, ਅੱਗੇ ਬਹੁਤ ਚਿੱਕੜ ਹੈ ਜੀ, ਪੱਕੀ ਬਣਾਈ ਜਾਵੇ ਆਪਣੇ, ਪੱਕੀ ਬਣਾਈ ਜਾਵੇ ਸਾਡੇ ਭਾਈ ਆਪਣੇ, ਆ ਜਾ ਰਹੇ ਜਾਜ ਬਾਹਰ, ਆ ਅਣਕਾ ਲਾ ਕੇ ਵੱਖਰੇ ਕੈਮਰੇ ਅੱਗੇ ਹੋਈ ਜਾਂਦਾ, ਓ ਭਾਈ ਰੋਇਆ ਨੂੰ ਹੋ ਜਾ ਵੱਜਾ ਨਹੀਂ, ਇੱਧਰ ਵੀ ਤਸਵੀਰਾਂ ਇੱਧਰ ਵੀ ਤਸਵੀਰਾਂ, ਓ
ਯਾਰ ਵੀਡੀਓ ਬਣਨ ਨਹੀਂ ਤੇਰੀ ਇੱਥੇ ਵੀ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਵਾ ਅਤੇ ਖਤਮ ਵਗੈਰਾ ਆਪਣਾ ਦਵਾ ਦਿੱਤਾ ਸੀਗਾ ਸਾਰੇ ਕੰਮ ਹੋ ਗਏ ਆ ਅਤੇ ਇੱਕ ਬੈਡ ਨਿਊਜ਼ ਆ ਇਹ ਉਹ ਇਹ ਆ ਕਿ ਆਪਣਾ ਜਿਹੜਾ ਟਿਕਟੋਕ ਦਾ ਸੀਗਾ ਨਾ ਮੇਨ ਅਕਾਊਂਟ ਉਹ ਹੋ ਚੁੱਕਿਆ ਬੈਨ ਉਸ ਅਕਾਊਂਟ